ਮਿੰਦੂ ਵਾਹ ਓਏ ਨਵੀਂ ਜਗ੍ਹਾ ਪਰ ਆਇਆ ਨਵੀਂ ਜਗ੍ਹਾ ਪਰ ਬੜਾ ਸਬਰ ਕਰੀ ਕੇ ਆਇਆ ਓ ਨਜ਼ੀਰੀਆ ਜੀ ਸਾਹਿਬ ਜੀ ਓ ਕਿਆ ਮੈਨੂੰ ਉਸਨੂੰ ਸਾਹਿਬ ਜੀ ਬਸ ਠੀਕ ਆ ਨਵੀਂ ਜਗ੍ਹਾ ਆ ਗਈ ਹੁਣ ਕਿ ਨਾ ਪੁਲਿਸ ਨਾ ਕੋਈ ਗੱਲ ਇੱਕ ਲੰਮੀ ਵਰਦਾਤਾ ਹੁਣ ਇਹ ਨਵਾਂ ਡਾਕਾ ਨਵੀਂ ਜਗ੍ਹਾ ਪੁਰਾਣੀ ਛੋੜੀ ਆਇਆ ਬਸ ਕਸ਼ਤੀ ਮੈਨ ਬਸ ਆ ਗਿਆ ਮਿੱਠੂ ਗੈਂਗ ਜ਼ਿੰਦਾਬਾਦ ਮਿੱਠੂ ਗੈਂਗ ਜ਼ਿੰਦਾਬਾਦ ਮਿੱਠੂ ਹਾਂ ਜੀ ਹਲੇ ਨਾ ਆਏ ਲੈ ਥੱਲੇ ਜਲਦੀ ਕਰੋ ਲੈ ਥੱਲੇ ਪਕੜ ਲਓ ਜਲਦੀ ਕਰੋ ਸਟਾਰਟ ਮਿੱਠੂ ਗੈਂਗ ਜ਼ਿੰਦਾਬਾਦ नवी जगह नवी खुशबू नवी वरदाता आ मिठू गैंग जिंदाबाद मिठू गैंग जिंदाबाद जिंदाबाद शुक्र है ओए पिछला इलाका छोड़ी आया बड़ा डेंजरस हो गया सी इस वास्ते वरदाता करी करी असा हर एक जनी नजर च आ गए सा ए इलाका अस वास्ते बिल्कुल बेहतर रहसी ये इलाका अस्तवास से मस्ट है इतने समझदार भी कर सा तो किसी की पता नहीं लगना चाहिए आए बड़ी सोची समझी क्या तकी सुनी क्या वरदात बनी है किसी की कानों कन खबर ना आवे ठीक है मीडिया बिल्कुल जी उस्ताद जी शाबाश बेफिक्र हो जाओ उस्ताद जी ठीक है ना इतने किसी को नहीं पता लगना चाहिए कि असा वरदाती हैं या कि जेन्युइन मिठी गए मिठू गएंगे ओके ओके बस पिछली बारी थोड़ी वजह नाल ਉਥਾ ਪਤਾ ਲੱਗੀ ਗਿਆ ਸੀ ਆ ਸਾਜੀ ਮੇਰੀ ਵਜ੍ਹਾ ਤੋਂ ਤੂੰ ਮਜ਼ਦੂਰੀ ਵਜ੍ਹਾ ਤੂੰ ਪਕੜੇ ਗਏ ਸਾਂ ਕਿਸ ਤਰ੍ਹਾਂ ਓਏ ਇਹ ਇਸ ਨਹੀਂ ਵਜ੍ਹਾ ਤੂੰ ਮੈਂ ਕਿੰਨੀ ਵਾਰੀ ਆਹੇ ਨਿਕਲ ਹਨੇ ਨਹੀਂ 5 ਮਿੰਟ ਰਹਿਣ ਦੇ ਜੁੱਤੀਆਂ ਤੇ ਤੇਰੀ ਉਥੇ ਛੋੜ ਆਇਆ ਸੀ ਨਾ ਓ ਜੀ ਖੁਰਾ ਇਸ ਨਾਲ ਲੱਭਾ ਸੀ ਇਸ ਨਾਲ ਆ ਬਸ ਆਏ ਬਸ ਮਿੱਠੂ ਗੈਂਗ ਨਾਲ ਸਰਦਾਰ ਬੈਠਾ ਹੈ ਤੁਸੀਂ ਆਪਣੀ ਟਕ 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 ਇਹ ਕੀ ਕਰਨੇ ਹੋ ਤੁਸੀਂ ਮਾੜੀ ਜਨ ਦਾ ਖਿਆਲ ਕਰੋ ਓਏ ਮਿੱਠੂ ਗੈਂਗ ਜ਼ਿੰਦਾਬਾਦ ਇਥੇ ਕਰਵਾਈ ਇਸ ਕਿਸਮ ਦੀ ਪਾਣੀ ਹੈ कि किसी की कलों कल खबर ना आवे उस्ताद जी आने आने एक मैं बड़ी जबरदस्त जगह ताड़ी ने उसे बहुत बड़ी वारदात हो सकती है पिछली बारी भी थोड़ी वजह नाल पकड़े गए सा तू कच्चा काम किया सी असा वरदात पाई तो उन्हें असा की वरदात पा सकती है याद ना करया करो ए ठीक जा रहा है इसकी वरदात का पता नहीं चलना बिल्कुल ओए वाईफाई ना करया करो तू दिखाने उच्ची वरदात पानी उच्ची किसी को माचिस नहीं खोनी किसी को लैटर नहीं खोला किसी को नसवाड़ी नहीं डबी नहीं खोनी ठीक है ना ठीक हो गया बात इसकी मैं कितनी बारी समझाया कि ए जी वारदाता ना कीता कर पिछली बारी तू बुढ़े ने जो भाई दो सिगरेट चरस कड़ी थी वो किस कीता सी नहीं कीता सी चरस तो महंगी होनी है उस्ताद महंगी होनी है चरस बस ठीक है चल हो गया अपरू चिट्टा अंदरों काला राजा अक्रम मंदिर वाला क्या राजे इलाके बहुत वारदाता होनी पी बहुत डकैतियां होन डकैत कठे कीते वे नी इलाके ਮਾੜੀ ਬਦਨਾਮੀ ਕਰਾਣੇ ਪਿਓ ਹੈ ਤੂੰ ਸਭ ਕਿਆ ਕਰਨੇ ਪਿਓ ਹੈ ਤੂੰ ਕਿਆ ਕਰਨੀ ਨਕਮੀ ਤੁਹਾਡੀ ਕਿਆ ਕੰਮ ਕਰ ਲਈ ਹੈ ਉਹ ਸਰ ਜੀ ਮੈਂ ਗੱਲੀ ਮੱਲਾ ਪੁੱਛਿਆ ਇੱਥੇ ਤੱਕ ਕਿ ਲੋਕਾਂ ਨੇ ਕਰਜਵਾੜ ਕੇ ਉਹਨਾਂ ਨੇ ਛੱਤਾਂ ਤੇ ਉਹਨਾਂ ਨੇ ਬਰਤੀਖਾਨੇ ਉਹਨਾਂ ਨੇ ਗੁਸਲਖਾਨੇ ਵਿੱਚ ਜਾ ਕੇ ਇਨਵੈਸਟੀਗੇਸ਼ਨ ਕਰੀ ਕਿ ਚੋਰ ਤੇ ਨਹੀਂ ਛੁਪਿਆ ਹੋਇਆ ਕੋਠੇ ਟੱਪਣੀ ਬਣੀ ਹੈ ਤੂੰ ਅੱਜ ਕੱਲ੍ਹ ਉਹ ਇਨਵੈਸਟੀਗੇਸ਼ਨ ਕਰਨ ਵਾਸਤੇ ਕੋਠਾ ਟੱਪਣਾ ਪੈਣਾ ਨਾ ਸਰ ਜੀ ਕਿ ਮੈਂ ਮੁਖਬਰ ਰੱਖਿਆ ਸਪੈਸ਼ਲਿਸਟ ਹੈ ਕਿ ਜਿਹੜੀਆਂ ਜਨਾਨੀਆਂ ਹੋਣੀਆਂ ਨਾ ਇਹ ਰਾਜ਼ ਦੇ ਛੋੜੀਆਂ ਬੰਦੇ ਕੀ ਤੂੰ ਘਰਾਂ ਜਾ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਿਆ ਕਰ ਉਹਨਾਂ ਨੂੰ ਰਾਜ਼ ਕੱਢਿਆ ਕਰ ਪਤਾ ਲੱਗਣਾ ਉਸ ਤੇ ਕਿਆ ਵਰਦਾਤਾ ਹੋਣੀਆਂ ਫਿਰ ਇਲਾਕੇ ਨੇ ਵੀ ਤੁਹਾਡੀ ਕੀ ਗੱਲ ਕਰਦੀ ਹੋਏ ਜੀ ਮਾੜੀ ਮੈਂ ਇਸ ਮਹੀਨੇ ਮਾੜੇ ਕਰਨਾਮੇ ਦੱਖੋ ਕਿ 11 ਚੋਰ ਪਕੜੇ 6 ਡਕੈਤ ਪਕੜੇ ਇੱਕ ਬੱਚਾ ਗਵਾ ਪਕੜਿਆ 3 ਜੇ ਕੁਤਰੇ ਇਹ ਸਾਰੇ ਕੱਢੇ ਤੂੰ ਬੋੜੇ ਨੂੰ ਹੋਰ ਕੁਛ ਐ ਹੋਣੀਆਂ ਕਾਲ ਕਰਦੀ ਤੱਕ ਤੋਬਾ ਤੋਬਾ ਕੂੜ ਮਾਰਨਾ ਨੇ ਇਸ ਕੋਲ ਪੁੱਛੇ ਸਾਰੀ ਇਨਵੈਸਟੀਗੇਸ਼ਨ ਕਿਸ ਕੀਤੀ ਮੈਂ ਕੀਤੀ ਮੋਹਰੀ ਸਾਹਿਬ ਤੂੰ ਕੀਤੀ ਹੋਰ ਕਿਸ ਕੀਤੀ ਸਰ ਜੀ ਐ ਮਾਰਨੀ ਐ ਦਿਹਾੜੀ ਪੂਰੀ ਇਸ ਨਾ ਕੰਮ ਹੀ ਆਇਆ ਮੋਬਾਈਲਾਂ ਲਈ ਰਹਿਣੀ ਡਰਾਮੇ ਫਿਲਮਾਂ ਕਦੀ ਫਰੂਦਾ ਨਾ ਕਦੀ ਫਰੂਦਾ ਖਾਣੀ ਹੋਸੀ ਕਿ ਸਮੋਸਾ ਕੋੜਾ ਲਗੋ ਤਾਂ ਸਮੋਸਾ ਕੋੜਾ ਖਾਣੀ ਹੋਸੀ ਐ ਆਪਾਂ ਨਾ ਚਮਕਾਉਣੀ ਵੀ ਉਹ ਬਸ ਮਾੜੀ ਸਹੀ ਆ ਕਰ ਪਿਆ ਉਹ ਕੂੜ ਮਾਰਨਾ ਨੇ ਮਿੱਕੀ ਇੱਕ ਵਾਰੀ ਆਖਿਆ ਤੇ ਸਾਨੂੰ
ਕਿ ਬਹੁਤ ਡਾਡੀ ਪਿਆਸ ਲੱਗੀ ਮੈਂ ਕਿਹਾ ਮੈਂ ਤੇ ਗੋਲਾ ਫਲੂਦਾ ਖਲਾਨੀ ਹੈ ਤੁਸੀਂ ਤੇ ਬਹੁਤ ਜਲਦੀ ਖਾਦਾ ਸੀ ਤੂੰ ਨਿਆ ਪਿਆ ਸਾਜੀ ਗੋਲੀ ਹੈ ਕਿਸਾ ਖਲੇ ਮੈਂ ਖਲਾਨੀ ਹੈ ਮੇਰੇ ਖਾਣੇ ਹੋ ਇਹ ਰਾਜਾ ਤੁਹਾਂ ਕੀ ਨਜ਼ਰ ਨਹੀਂ ਆਣਾ ਆਪਣੀ ਚਾਬੀ ਆਪਣਾ ਤਾਲਾ ਰਾਜਾ ਅਕਰਮ ਮੰਦਰੇ ਵਾਲਾ ਕਹਿ ਤੁਸੀਂ ਹੁਕਮ ਕਰੋ ਜੀ ਸਾਜੀ ਤੁਸਾਂ ਤੇ ਤੱਕੋ ਮੈਂ ਕਿਤਨੀ ਬਰਿਆਨੀ ਬਰੋਸ ਟਿੱਕੇ ਕਬਾਬ ਉਹ ਤੂੰ ਇਹ ਨਾ ਕਰ ਉਹ ਤੂੰ ਮੁਖਬਰੀ ਕਰ ਮੁਖਬਰੀ ਜਿਹੜਾ ਤੁਹਾਡਾ ਕੰਮ ਹੈ ਉਹ ਕਰ ਤਾਂ ਕਿ ਅਸਾਂ ਦੀ ਕਾਰਗਰਦਗੀ ਜਿਹੜੀ ਵਧੇ ਤੇ ਹੋ ਸਕਦਾ ਕਿ ਵਿੱਚ ਮਾੜੀ ਤਰੱਕੀ ਵੀ ਹੋਈ ਜਾਏ ਉਹ ਸਰ ਜੀ ਮੈਂ ਸੀ ਗੱਲ ਦੱਸਾਂ ਮੈਂ ਬਹੁਤ ਵੱਡਾ ਕੰਮ ਨਾ ਕਰਨਾ ਚਾਹਣਾ ਉਸ ਦੀ ਵਜ੍ਹਾ ਪਤਾ ਕੀ ਹੈ ਮੈਂ ਆਣਾ ਹੈ ਮਾੜੇ ਕਿਸੇ ਇੱਕ ਫੁੱਲ ਲਗਾ ਮਾੜੇ ਕਿ ਦੋ ਨਾ ਲੈ ਕੇ ਚੰਗੀ ਉਹ ਬਲੈਕ ਨਾ ਰੈਂਕ ਉੱਪਰ ਚਲਾ ਗਿਆ ਓਏ ਮੇਰਾ ਪੁੱਤਰ ਬਣ ਐਵੇਂ ਭੁੱਲ ਨਹੀਂ ਲੱਗਣੇ ਇਹ ਬੜੇ ਬੜੇ ਪੁਲਿਸ ਮੁਕਾਬਲੇ ਕੀਤੇ ਨੇ ਬੜੇ ਬੜੇ ਡਾਕੂ ਪਕੜੇ ਕੱਚੇ ਪੱਕੇ ਡਾਕੂ ਪਕੜੇ ਤਾਂ ਜਾ ਕੇ ਨਾ ਵੀ ਫੁੱਲ ਲੱਗਿਆ ਐਵੇਂ ਨਹੀਂ ਲਗਾ ਐਵੇਂ ਤੇ ਨਹੀਂ ਜਾਣੇ ਅੰਦਰੂ ਕਾਲਾ ਬਾਰੂ ਕਾਲਾ ਰਾਜਾ ਅਕਰਮ ਮੰਦਰੀ ਵਾਲਾ ਤੁਸੀਂ ਮੈਂ ਤਾਰੀਫਾਂ ਕਰਨਾ ਸੀ ਸ਼ਾਇਰੀ ਕਰ ਮਾੜੇ ਪਰ ਤੋਂ ਸਰ ਜੀ ਗੱਲ ਸੁਣ ਲੈ ਸਾਨੂੰ ਮਾੜੇ ਨੇ ਸਾਨੂੰ ਗੱਲ ਸੁਣ ਲਾਜ ਮਾੜੇ ਜਾਂ ਚੰਗੇ ਨਹੀਂ ਕੀ ਨਹੀਂ ਪਤਾ ਫੌਰੀ ਤੌਰ ਪਰ ਤਿੰਨ ਚਾਰ ਕੇਸ ਐਸੇ ਆਣੋ ਜਿਹੜੇ ਮੈਂ ਪਕੜ ਕੇ ਤੇ ਬਾਹਰ ਅਖਬਾਰਾਂ ਸ਼ਾਣਾ ਦਿਆਂ ਸਾਰਾ ਕੁਝ ਦਿਆਂ ਤੇ ਡੀ ਐਸ ਪੀ ਸਾਹਿਬ ਜਿਹੜੇ ਜ਼ਰਾ ਮੁਤਮਿਨ ਹੋਵਾਂ ਜੀ ਹਾਂ ਮਹਿੰਗਾਈ ਤੇ ਨਹੀਂ ਹੈ ਪੈਟਰੋਲ ਇਤਨਾ ਮਹਿੰਗਾ ਹੋ ਗਿਆ ਤੂੰ ਪੈਟਰੋਲ ਦੇ ਨਹੀਂ ਹੈ ਸਰ ਜੀ ਇਨਵੈਸਟੀਗੇਸ਼ਨ ਅਸੇ ਗੱਡੀ ਮੋਟਰਸਾਈਕਲ ਦੀ ਜ਼ਰੂਰਤ ਪੈਣੀ ਪੈਟਰੋਲ ਹੋਸੀ ਤੇ ਮੈਂ ਇਨਵੈਸਟੀਗੇਸ਼ਨ ਕਰਸਾ ਨਾ ਇਸ ਮਹਿੰਗਾਈ ਨੇ ਦੋਰੀ ਮਾਰੀ ਪਈ ਅਖਰਾਜਾਤ ਹੀ ਵਧਾ ਦਿਓ ਮਾਰੀ ਸੈਲਰੀ ਵਧਾ ਦਿਓ ਚਲ ਭਾਈ ਸਾਹਿਬ ਥੋੜਾ ਜਿਹਾ ਖਰਚਾ ਵਧਾਈ ਥੋੜਾ ਯਾਰਾ ਸਰ ਜੀ ਅਖਰਾਜਾਤ ਐਵੇਂ ਤੇ ਨਹੀਂ ਵਧੇ ਨਿੱਕੇ ਨਿੱਕੇ ਛੋਟੇ ਛੋਟੇ ਚੋਰ ਡਕੈਤ ਪਕੜਾਉਣੀ ਕੋ ਵੱਡਾ ਡਕੈਤ ਜਾਂ ਬੈਂਕ ਦਾ ਲੁੱਟਰਾ ਇਸ ਤਰੀਕੇ ਨਾਲ ਬੰਦਾ ਪਕੜਾ ਸਰ ਜੀ ਇਸ ਤਰ੍ਹਾਂ ਜ਼ਿਆਦਾ ਹਿਸਾਬ ਕਰਦਾ ਕਰ ਸੋ ਅੱਛਾ ਨਹੀਂ ਫਿਰ ਆ ਥੋੜਾ ਜਿਹਾ ਵਧਾਈ ਛੋੜ ਗਿਆ ਸਰ ਸੋਆ ਕਰ ਰੱਬ ਦੇ ਤੂੰ ਰਹਿਣ ਦੇ 100 ਰੁਪਏ ਮੈਨੂੰ ਨਹੀਂ ਚਾਹੀਦਾ ਨਾ ਕਰ ਸੋ ਸਰ ਜੀ ਅੱਜ ਕੱਲ 100 ਰੁਪਏ ਦੀ ਵੈਲਿਊ ਕੀ ਹੈ ਤੱਕ ਤੇ ਸਹੀ ਵਾ ਇਤਨੀ ਸੋਹਣੀ ਹੈ ਵੈਸ ਨੋ ਇਹ ਤਾਂ ਕੈਸੀ ਸੋਹਣੀ ਸੋਹਣੀ ਗੱਲਾਂ ਕਰ ਰਹੀ ਹੈ 100 ਰੁਪਏ ਦੀ ਵੈਲਿਊ ਕੋਈ 100 ਰੁਪਏ ਸਾਹਬਰੋਂ ਕੋਲ ਹੋਣਾ ਸੀ ਨਾ ਤਾਂ ਦੁੱਧ ਪੀ ਕੇ ਗੋਸ਼ ਨਾ ਜਾਣਾ ਦੇ ਮੂੰਹ ਆ ਪਰ ਮੇਰਾ ਪੁੱਤਰ ਲੜ ਕੇ ਗਈ ਇਸ ਵਾਰ ਗਾਲ ਜਾਉ ਦਾ ਮੈਂ ਸਿੱਧਾ ਸਿੱਧਾ ਦਾ ਛੋੜੇ ਠੀਕ ਹੈ ਜੇ ਮੇਰੀ ਸ਼ਿਕਾਇਤ ਆਈ ਨਾ ਇਸ ਤੇ ਮੈਂ ਛੋੜਨ ਤੋਂ ਕੀ ਨਾ ਲੱਗਣੀ ਹੈ ਲਾ ਠੀਕ ਹੈ ਸਰ ਆਪਣਾ ਆਪਣਾ ਕੰਮ ਕਰੋ ਧਿਆਨ ਨਾਲ ਠੀਕ ਹੈ ਇਨਸ਼ਾਅੱਲਾ ਸਰ ਜੀ ਹੁਣ ਤੁਸੀਂ ਮਾੜਾ ਖਰਚਾ ਵਧਾ ਦਿੱਤਾ ਨਾ ਪਕੋੜ ਮੈਂ ਕਰਨੀ ਕਿਵਾ ਇਹ ਸ਼ੰਨੋ ਜਿਹੜੀ ਹੈ ਨਾ ਇਤਨੀ ਚੰਗੀ ਤੁਸਾਂ ਨੂੰ ਖਬਰ ਲਿਆ ਕੇ ਦੇਸੀ ਨਾ ਤੁਸੀਂ ਜ਼ਾਹਿਰ ਜਗਾ ਮੈਂ ਕਿ ਹਜ਼ਾਰ ਰੁਪਏ ਹੋਰ ਇਨਾਮ ਨਹੀਂ ਦੇ ਸੋ ਆਸ ਲੋਕਾਂ ਨੇ ਕਰਾਂ ਵੜ ਜਾ ਮੀਸੀ ਨਹੀਂ ਬਣ ਕੇ ਹੈ ਮੀਸੀ ਨਾਲ ਅੰਦਰ ਬਣ ਕੇ ਮਿੱਠੀ ਬਣ ਕੇ ਉਹਨਾਂ ਕੋਲ ਰਾਸ ਕੇ ਕਿਸੇ ਨਾਲ ਜਾਣਾ ਜਿਹੜਾ ਕਿ ਬਾਹਰ ਉੱਠਣਾ ਬੈਠਣਾ ਹੋਵੇ ਕਿਸੇ ਨਾਲ ਭਰਾ ਜਿਹੜਾ ਕਿ ਇਨਵੋਲਵ ਹੋਵੇ ਕਿਸੇ ਨਾਲ ਕੁਝ ਹੋਵੇ ਠੀਕ ਹੈ ਨਾ ਇਹ ਮੁਖਬਰੀ ਹੋਣੀ ਹੈ ਮੱਲੇ ਦਾਇਮ ਬਾਇ ਕਰਕੇ ਠੀਕ ਹੈ ਨਾ ਪਰ ਤੂੰ ਵੀ ਧਿਆਨ ਕਰ ਠੀਕ ਹੈ ਨਾ ਖਾਲੀ ਇੱਕ ਪੇਪਰ ਨਾ ਭਰਨਾ ਰਿਹਾ ਅਗਰ ਘਰ ਘਰ ਵੀ ਕਰ ਕਰਦੀ ਹੈ ਨਾ ਸਾਜੀ ਮੈਂ ਕਿਆ ਕਰਾਂ ਲੋਕਾਂ ਨੇ ਘਰ ਪਿੱਛੇ ਸੁਸੀਆਂ ਕਰਾਂ ਲੋਕਾਂ ਨੇ ਘਰ ਵਿੱਚ ਡਿਕੇਟ ਗਿਆ ਨਾ ਤੇ ਮਾਰੇ ਨਾ ਮੈਂ ਸਾਜੀ ਨਵਾਂ ਸਾਹਮਣਾ ਘਟਾ ਖੁੱਲਿਆ ਹੈ ਕਿੰਨੇ ਜੇ ਮੈਂ ਡੀ ਵੀ ਹੋਈ ਗੱਲ ਕੱਚੀਆਂ ਗੋਲੀਆਂ ਨਹੀਂ ਖੇੜੀਆਂ ਤੂੰ ਤਾਂ ਕੀ ਇੱਕ ਦਿਨ ਆਸੀ ਇਹ ਅਸਾਂ ਨਾਲ ਸਾਰ ਮਾੜੇ ਤੇ ਫਖਰ ਕਰਦੀ ਓਏ ਮੈਂ ਸੁਣੋ ਮੈਂ ਦੱਸਣਾ ਤੇ ਆਖਰੀ ਵਾਰ ਨਹੀਂ ਦੇਣਾ ਪਿਆ ਇਸ ਤੋਂ ਬਾਅਦ ਮਾੜੀ ਬੇਇੱਜ਼ਤੀ ਹੋਈ ਨਾ ਫਿਰ ਤੁਸੀਂ ਜਾਣਨੇ ਹੋ ਅਪਰੂ ਚਿੱਟਾ ਅੰਦਰੂ ਕਾਲਾ ਰਾਜਾ ਅਕਰਮ ਮੰਦਰਿਆਲਾ ਅੰਮੀ ਰੱਖ ਕੇ ਫੋਨ ਕਰਨੀ ਹੈ ਅਸਲਾਮ ਅਲੈਕੁਮ ਕੀ ਹਾਲ ਹੈ ਬੀਜੀ ਠੀਕ ਹੋ ਜੀ ਅਲਹਮਦੁਲਿਲਾ ਮੈਂ ਠੀਕ ਠਾਕ ਨਹੀਂ ਤੁਸੀਂ ਸੁਣਾਓ ਜੀ ਜੀ ਉਹ ਉਹਨਾਂ ਨੇ ਹੋਈ ਕੀ ਸੀ ਫਲੈਟ ਜੀ ਉਹ ਅੰਮੀ ਜੀ ਸਗੀ ਮੈਂ ਕਿਹਾ ਦੱਸਾਂ ਮੈਂ ਇਤਨਾ ਥੱਕੀ ਜਾਣੀ ਹੈ ਮੈਂ ਸਗੀ ਦੱਸ ਹੀ ਨਾ ਸਕਦੀ ਹਾਂ ਸਗੀ ਪਤਾ ਘਰੇ ਨੇ ਕੰਮ ਵੀ ਫਿਰ ਅਪਰੂ ਜਿਹੜਾ ਨਾ ਮਾਲ ਸੰਭਾਲਣਾ ਡੰਗਰ ਸੰਭਾਲਣਾ ਫਿਰ ਉਹ ਜ਼ਰਾ ਮੁਸ਼ਕਿਲ ਹੋਈ ਜਾਣਾ ਨਾ ਜੀ ਜੀ ਰਾਜਾ ਸਾਹਿਬ ਇੱਧਰ ਸੇ ਤਾਂ ਉਹਨਾਂ ਮੇਰੀ ਸਗੀ ਪਤਾ ਮਾੜਾ ਉਹ ਬਹੁਤ ਜ਼ਿਆਦਾ ਕਰਨੇ ਉਹਨਾਂ ਮਾੜਾ ਬਹੁਤ ਜ਼ਿਆਦਾ ਖਿਆਲ ਰੱਖਿਆ ਉਹ ਨਹੀਂ ਮਤਲਬ ਉਹਨਾਂ ਤਾਂ ਮੇਰੀ ਕੁਝ ਵੀ ਨਹੀਂ ਕਰਨ ਦਿੱਤਾ ਲੇਕਿਨ ਹੁਣ ਸਗੀ ਪਤਾ ਉਹਨਾਂ ਦੁਬਈ ਜਾਣਾ ਸਾ ਲਾਜ਼ਮੀ ਆਖਰ ਜ਼ਹਿਰੀ ਗਲੀ ਕੰਮ ਕਰ ਸਨ ਤਾਂ ਨਿਜ਼ਾਮ ਚਲਸੀ ਨਾ ਜੀ ਤੁਸਾਂ ਬਾਬੇ ਫਜ਼ਲਦੀਨ ਨਹੀਂ ਉਹਨਾਂ ਨੇ ਪਤਾ ਕਰੋ ਆ ਜਿਹੜੇ ਯਾਦ ਮਿਕੀ ਯਾਦ ਹੀ ਜਿੱਦਾਂ ਕਿ ਨਿੱਕੀ ਜਿਹੀ ਹੋਣੀ ਸੀ ਅਸਾਂ ਨੇ ਘਰ ਜਿਹੜੇ ਕੰਮ ਕਰਨੇ ਹੋਣੇ ਸੀ ਆਹਾਂ ਪਤਾ ਕਿਆ ਫਿਰ ਜ਼ਹਿਰੀ ਗਲੀ ਰਾਜੇ ਦਾ ਕੀ ਵੀ ਟੈਨਸ਼ਨ ਨਹੀਂ ਹੋਣ ਲੱਗੀ ਨਾ ਤੁਸਾਂ ਮਿਕੀ ਉਹਨਾਂ ਨਾਲ ਗੱਲ ਕਰੀ ਮੈਂ ਦੱਸੋ ਹੈ ਅੰਮੀ ਨਾ ਅੰਮੀ ਮੈਂ ਨਾ ਵੇਚਣੀ ਆ ਨਾ ਨਾ ਮੈਂ ਨਾ ਵੇਚਣੀ ਆ ਕਿਉਂਕਿ ਪਤਾ ਜਾਨਵਰ ਅੱਜ ਮਾੜੀ ਜਾਨ ਆਹਾਂ ਚਲੋ ਠੀਕ ਹੈ ਆਪਣੀ ਸਿਹਤ ਨਾਲ ਬਹੁਤ ਜ਼ਿਆਦਾ ਖਿਆਲ ਰੱਖਿਆ ਤਾਂ ਲਾਜ਼ਮੀ ਪਤਾ ਕਰੀ ਕੇ ਫਿਰ ਮੈਂ ਦੱਸੋ ਅਲਾ ਓ ਅੰਮੀ ਮੈਂ ਸੋਨਾ ਫਿਰ ਬਾਅਦ ਗੱਲ ਕਰਸਾਂ ਮੈਂ ਜ਼ਰਾ ਉਹਨਾਂ ਕੀ ਚਾਰਾ ਪਾਈ ਕਿ ਨਾ ਅਲਾ ਡੰਗਰਾਂ ਕੀ ਠੀਕ ਹੈ ਅਲਾ ਠੀਕ ਹੈ ਅਲਾ ਹਾਫੀਜ਼ Ha ha!
बड़ा माल है ओए बड़ा माल है इत्थे ही वरदात पड़नी मिठू गैंग कदे छोटी मोटी वरदात पाई नहीं ए वरदात ही मिठू गैंग पासी ओए